ਵਾਲੀ ਦੋ ਇਹੋ ਜਿਹੇ ਵਿਅਕਤੀਆਂ ਦਾ ਖੁਲਾਸਾ ਹੋਇਆ ਜਿਨ੍ਹਾਂ ਨੇ ਪਹਿਲਾਂ ਵੀ ਕਈ ਲੁੱਟ ਖੋਹ ਦੀ ਵਾਰਦਾਤਾਂ ਕੀਤੀਆਂ ਸੀਗੀਆਂ। ਸੋ ਇਸ ਮਹੀਨੇ ਦੀ 7 ਤਰੀਕ ਨੂੰ ਇਹ ਜਿਹੜਾ ਹੈਗਾ ਇਹ ਜਿਹੜੇ ਦੋ ਦੋਸ਼ੀ ਹੈਗੇ ਇਹਨਾਂ ਨੇ ਇੱਕ ਵਿਅਕਤੀ ਦਾ ਮਰਡਰ ਕੀਤਾ ਸੀਗਾ ਜਿਹਦੀ ਡੈੱਡ ਬੋਡੀ 11 ਤਰੀਕ ਨੂੰ ਬੰਨ੍ਹੀ ਹੋਈ ਸੀਗੀ ਸੈਟਲਾਈਟ ਦੇ ਨੇੜੇ ਬਰਾਮਦ ਹੋਈ ਸੀਗੀ। ਮ੍ਰਿਤਕ ਦਾ ਨਾਮ ਸੀਗਾ ਰਾਣਾ ਪ੍ਰਤਾਪ ਸਿੰਘ ਜਿਹਦੇ ਸਿਰ 'ਤੇ ਇੱਟ ਮਾਰ ਕੇ ਉਹਦੀ ਹੱਤਿਆ ਕਰਕੇ ਉਹਦੀ ਬੋਡੀ ਜਿਹੜੀ ਹੈ ਉਹ ਬੰਨ੍ਹੀ ਹੋਈ ਬੋਡੀ ਛੱਡ ਕੇ ਉੱਥੋਂ ਹੀ ਫਰਾਰ ਹੋ ਗਏ ਸੀਗੇ। ਸੋ ਇਹ ਜਿਹੜਾ ਬਲਾਈਂਡ ਮਰਡਰ ਹੈ ਇਸ ਨੂੰ ਟਰੇਸ ਕਰਨ ਦੇ ਲਈ ਸਾਡੀ ਟੀਮਾਂ ਨੇ ਲਗਾਤਾਰ ਐਫਰਟ ਜਾਰੀ ਰੱਖੇ। ਸਾਡੇ SPD, DSPD, SP ਰੂਰਲ, DSP ਰੂਰਲ, ਇੰਚਾਰਜ CIA, SHO ਜ਼ੀਰਕਪੁਰ ਅਤੇ ਬਾਕੀ ਜਿਹੜੀ ਸਾਰੀ ਟੀਮਾਂ ਹੈਗੀ ਇਹਨਾਂ ਨੇ ਲਗਾਤਾਰ ਕੰਮ ਕਰਕੇ ਬੜੀ ਸਫਲਤਾ ਹਾਸਿਲ ਕੀਤੀ ਕਿ ਫਾਈਨਲੀ ਇਸ ਬਲਾਈਂਡ ਮਰਡਰ ਨੂੰ ਇਹਨਾਂ ਨੇ ਟਰੇਸ ਕਰ ਲਿਆ ਅਤੇ ਦੋ ਦੋਸ਼ੀ ਜਿਹੜੇ ਹੈਗੇ ਉਹ ਗ੍ਰਿਫਤਾਰ ਕਰ ਲਏ ਗਏ ਹੈ। ਪਹਿਲਾ ਦੋਸ਼ੀ ਹੈਗਾ ਸਾਹਿਲ ਕੁਮਾਰ ਸਨ ਆਫ ਲਖਮੀ ਚੰਦ, ਇਹ ਹੈਗਾ ਜਾਸਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਦਾ ਰਹਿਣ ਵਾਲਾ। ਇਹਦੀ ਉਮਰ 23 ਸਾਲ ਹੈਗੀ ਹੈ। ਇਹ 2023 ਤੋਂ ਇੱਥੇ ਮੋਹਾਲੀ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਸੀਗਾ। ਦੂਜਾ ਦੋਸ਼ੀ ਚਰਨਜੀਤ ਸਿੰਘ ਸਨ ਆਫ ਚਰਨ ਸਿੰਘ, ਇਹ ਹੈਗਾ ਵੈਸੇ ਦਿੱਲੀ ਸ਼ਹਾਦਰਾ ਦਾ ਰਹਿਣ ਵਾਲਾ ਹੈਗਾ, ਲੇਕਿਨ ਉਸ ਤੋਂ ਬਾਅਦ ਇਹ ਸ਼ਿਫਟ ਹੋ ਕੇ ਅੰਬਾਲੇ ਰਹਿ ਰਿਹਾ ਸੀ, ਫਿਰ 2 ਸਾਲਾਂ ਤੋਂ ਇਹ ਵੀ ਇੱਥੇ ਮੋਹਾਲੀ ਰਹਿ ਕੇ ਕੰਮ ਕਰ ਰਿਹਾ ਸੀਗਾ। ਸੋ ਇਹਨਾਂ ਦੀ ਮੋਡਸ ਓਪਰੈਂਡੀ ਇਹ ਸੀਗੀ, ਜਿਹੜਾ ਇਹ ਚਰਨਜੀਤ ਹੈਗਾ ਇਹ ਪਹਿਲਾਂ ਕਈ ਵੱਖ ਵੱਖ ਕੰਪਨੀਆਂ ਦੇ ਵਿੱਚ ਕੰਮ ਕਰ ਚੁੱਕਿਆ। ਰੈਪੀਡੋ ਦੇ ਵਿੱਚ ਕੰਮ ਕਰਦਾ ਸੀਗਾ, ਫਿਰ ਬਲਿੰਕਿਟ ਦੇ ਵਿੱਚ ਕੰਮ ਕਰਦਾ ਸੀ, ਫਿਰ IT ਕੰਪਨੀ ਦੇ ਵਿੱਚ ਇੰਟਰਵਿਊ ਦੇਣ ਲਈ ਵੀ ਇਹ ਗਿਆ ਸੀਗਾ। ਫਿਰ ਆ ਦੂਜਾ ਸਾਹਿਲ ਹੈਗਾ, ਇਹ ਸਵਿਗੀ ਦੇ ਵਿੱਚ ਕੰਮ ਕਰ ਚੁੱਕਿਆ, ਉਸ ਤੋਂ ਬਾਅਦ ਜ਼ੋਮੈਟੋ ਦੇ ਵਿੱਚ ਕੰਮ ਕਰਦਾ ਸੀ, ਫਿਰ ਆਪਣੀ ਜਿਹੜੀ ਬਾਈਕ ਹੈਗੀ ਹੈ ਉਹ ਪਿੱਛੇ ਜਦੋਂ ਵਾਰਦਾਤ ਕੀਤੀ ਉਸ ਸਮੇਂ ਉਬੇਰ ਦੇ ਵਿੱਚ ਆਪਣੀ ਜਿਹੜੀ ਹੈ ਬਾਈਕ ਵੀ ਚਲਾ ਰਿਹਾ ਸੀਗਾ। ਸੋ ਇਹਨਾਂ ਨੇ ਮਿਲ ਕੇ ਡਿਸਾਈਡ ਕੀਤਾ ਕਿ ਜਿੱਥੇ ਸੁਨਸਨ ਇਲਾਕੇ ਦੇ ਵਿੱਚ ਸ਼ਰਾਬ ਨਸ਼ੇ ਦੀ ਹਾਲਤ ਵਿੱਚ ਵਿਅਕਤੀ ਹੁੰਦੇ ਆ ਜਾਂ ਕੋਈ ਸ਼ੱਕੀ ਹਾਲਤ ਦੇ ਵਿੱਚ ਹੁੰਦੇ ਉਹਨਾਂ ਤੋਂ ਲੁੱਟ ਖਸੋਟ ਜਿਹੜੀ ਹੈਗੀ ਉਹ ਕਰਨੀ ਇਹਨਾਂ ਨੇ ਸ਼ੁਰੂ ਕੀਤੀ। ਸੋ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ, ਪਹਿਲਾਂ ਇਹਨਾਂ ਨੇ ਵਾਰਦਾਤ ਕੀਤੀ ਜਿਹੜੀ ਜ਼ੀਰਕਪੁਰ ਸਾਈਡ ਦੇ ਵਿੱਚ ਇੱਕ ਸਵਿਫਟ ਡਿਜ਼ਾਇਰ ਦੇ ਵਿੱਚ ਇੱਕ ਵਿਅਕਤੀ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ। ਸੋ ਉਹਦੀ ਇਹਨਾਂ ਨੇ ਜਿਹੜੀ ਹੈਗੀ ਹੈ ਉਹ ਤਾਂ ਉਹਦੇ ਕੋਲੋਂ ਮੋਬਾਈਲ ਫੋਨ ਖੋ ਕੇ ਲੈ ਗਏ, ਕਿਉਂਕਿ ਇਹਨਾਂ ਨਸ਼ੇ 'ਚ ਸੀਗਾ ਕਿ ਮੋਬਾਈਲ ਫੋਨ ਉਹ ਰਜਿਸਟ ਨਹੀਂ ਕਰ ਸਕਿਆ। ਉਸ ਤੋਂ ਬਾਅਦ ਇਹਨਾਂ ਨੇ ਇੱਕ ਵਿਅਕਤੀ ਫੋਰਚੂਨਰ ਗੱਡੀ ਦੇ ਵਿੱਚ ਸ਼ਰਾਬ ਪੀ ਰਿਹਾ ਸੀਗਾ, ਉਹਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ। ਉਸ ਵਿਅਕਤੀ ਨੇ ਇਹਨਾਂ ਨੂੰ ਸ਼ਰਾਬ ਵਗੈਰਾ ਪਿਲਾਈ, ਇਹਨਾਂ ਨੂੰ ਬੀਅਰ ਵਗੈਰਾ ਪਿਲਾਈ, ਇਹਨਾਂ ਨੂੰ ਨਾਲ ਆਪਣੇ ਬਿਠਾਇਆ, ਉਹਦੇ ਨਾਲ ਡਰਿੰਕ ਵਗੈਰਾ ਕਰਕੇ ਉਹਨੂੰ ਵੀ ਫਿਰ ਬਾਅਦ 'ਚ ਉਹਦੇ ਕੋਲੋਂ ਵੀ 50,000 ਰੁਪਏ ਖੋ ਕੇ ਲੈ ਗਏ। ਇਸ ਤੋਂ ਇਲਾਵਾ ਇੱਕ ਡੱਬਵਾਲੀ ਦਾ ਵਿਅਕਤੀ ਸੀਗਾ ਜਿਹੜਾ ਪੋਲੋ ਕਾਰ ਦੇ ਵਿੱਚ ਸੀਗਾ, ਉਹ ਵੀ ਡਰੰਕ ਸਿਚੁਏਸ਼ਨ ਉਹ ਵੀ ਕਾਫੀ ਉਹਨੇ ਪੀਤੀ ਹੋਈ ਸੀ ਅਤੇ ਉਹਨੂੰ ਉਸਤਰੇ ਦਾ ਉਹਦੇ 'ਤੇ ਵਾਰ ਕਰਕੇ ਕੱਟ ਮਾਰ ਕੇ ਉਹ ਤੋਂ ਵੀ 20,000 ਰੁਪਏ ਖੋ ਕੇ ਲੈ ਗਏ ਸੀਗੇ। ਖਰੜ ਦੇ ਵਿੱਚ ਵੀ ਇਹਨਾਂ ਨੇ ਇੱਕ ਇਹ ਵਾਰਦਾਤ ਮੰਨੀ ਹੈ ਕਿ ਆਲਟੋ ਕਾਰ ਦੇ ਵਿੱਚ ਕੋਈ ਬੰਦਾ ਜਿਹੜਾ ਹੈਗਾ ਉਹ ਬੀਅਰ ਪੀ ਰਿਹਾ ਸੀਗਾ, ਅਤੇ ਉਹਦੇ ਕੋਲੋਂ ਵੀ ਜਿਹੜਾ ਹੈਗਾ ਉਹਦੇ ਨਾਲ ਬੀਅਰ ਪੀ ਕੇ ਫਿਰ ਚਲਾਕੀ ਨਾਲ ਜਦੋਂ ਉਹਦੀ ਜੇਬ 'ਚੋਂ ਨਸ਼ੇ ਦੀ ਹਾਲਤ ਦੇ ਵਿੱਚ ਉਹਦਾ ATM ਵੀ ਖੋ ਕੇ ਉਹ ਤੋਂ ਖੋਇਆ ਵੀ ਨਹੀਂ ਬਲਕਿ ਲੈ ਲਿਆ ਸਰਕਾ ਕੇ, ਉਹ ਤੋਂ ਵੀ 4,000 ਰੁਪਏ ਇਹਨਾਂ ਨੇ ਕੱਢੇ ਹੈਗੇ। ਜਿਹੜਾ ਇਹ ਮਰਡਰ ਹੈਗਾ ਉਸ ਤੋਂ ਬਾਅਦ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਜਿਹੜਾ ਮ੍ਰਿਤਕ ਹੈਗਾ ਸੈਟਲਾਈਟਾਂ ਦੇ ਨੇੜੇ ਇਹਨਾਂ ਦੇ ਸੰਪਰਕ 'ਚ ਆਇਆ, ਆਪਸ 'ਚ ਇਹਨਾਂ ਨੇ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਫਿਰ ਉਹਨੂੰ ਆਪਣੇ ਝਾਂਸੇ 'ਚ ਲੈ ਕੇ ਇੱਕ ਵਿਅਕਤੀ ਨੇ ਉਹਨੂੰ ਝਾਂਸੇ 'ਚ ਲਿਆ। ਪਿੱਛੋਂ ਇਹਨਾਂ ਨੇ ਜਿਹੜਾ ਹੈਗਾ ਉਸਨੇ ਇਹਨਾਂ ਦੇ ਕਹੇ ਮੁਤਾਬਿਕ ਉਹਨੇ ਦੱਸਿਆ ਇਹਨਾਂ ਨੂੰ ਕਿ ਉਹ ਕਿਸੇ ਕੰਪਨੀ ਸਿਕਿਉਰਿਟੀ ਕੰਪਨੀ ਦੇ ਵਿੱਚ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ ਔਰ ਉਹਦੇ ਅਕਾਊਂਟ ਦੇ ਵਿੱਚ ਕਾਫੀ ਪੈਸੇ ਹੈਗੇ। ਇਹਨਾਂ ਦੀ ਗੱਲਬਾਤ ਦੇ ਵਿੱਚ ਇਹ ਗੱਲ ਹੋਈ ਤਾਂ ਫਿਰ ਇਹਨਾਂ ਨੇ ਲਾਲਚ ਦੇ ਵਿੱਚ ਆ ਕੇ ਜਿਹੜਾ ਹੈਗਾ ਇੱਕ ਵਿਅਕਤੀ ਨੇ ਝਾਂਸੇ 'ਚ ਲਿਆ, ਦੂਜੇ ਨੇ ਉਹਦੇ ਸਿਰ 'ਤੇ ਇੱਟ ਦੇ 2-3 ਵਾਰ ਕੀਤੇ। ਜਦੋਂ ਉਹਨੇ ਚੀਖ ਚਲਾਉਣਾ ਸ਼ੁਰੂ ਕੀਤਾ ਤਾਂ ਉਦੋਂ ਮੋਬਾਈਲ ਫੋਨ ਖੋ ਕੇ ਇਹ ਚਲੇ ਗਏ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਇਹ
ਪੈਸੇ ਟ੍ਰਾਂਸਫਰ ਕਰਨ ਦੇ ਲਈ ਉਹਨਾਂ ਨੇ ਇਹ ਕੀਤਾ ਕਿ ਇੱਕ ਰੈਡੀ ਬੁੱਕ ਕਰਕੇ ਇੱਕ ਵੈਬਸਾਈਟ ਹੈਗੀ ਹੈ, ਰੈਡੀ ਬੁੱਕ, ਜਿਸ ਦੇ ਵਿੱਚ ਕ੍ਰਿਕਟ ਵਗੈਰਾ ਦੀ ਬੈਟਿੰਗ ਹੁੰਦੀ ਹੈ। ਸੋ ਮ੍ਰਿਤਕ ਦਾ ਜਿਹੜਾ ਹੈਗਾ ਉਹ ਇਹਦੀ ਜਿਹੜੀ ਪਿੰਨ ਹੈਗੀ ਹੈ ਉਹ ਮ੍ਰਿਤਕ ਤੋਂ ਲੈ ਕੇ ਫਿਰ ਉਹ ਮੋਬਾਈਲ ਫੋਨ ਦੇ ਵਿੱਚੋਂ ਉਹਦੇ ਮੋਬਾਈਲ ਖਾਤੇ 'ਚੋਂ ਇਸ ਐਪ ਦੇ ਵਿੱਚ ਪੈਸੇ ਟ੍ਰਾਂਸਫਰ ਕੀਤੇ, ਫਿਰ ਇਸ ਐਪ ਦੇ ਰਾਹੀਂ ਜਿਹੜੇ ਹੈਗੇ ਆਪਣੇ ਖਾਤੇ ਦੇ ਵਿੱਚ ਪੈਸੇ ਟ੍ਰਾਂਸਫਰ ਕੀਤੇ। ਸੋ ਕੁੱਲ 70,000 ਰੁਪਏ ਪਹਿਲਾਂ ਇਹਨਾਂ ਨੇ ਟ੍ਰਾਂਸਫਰ ਕੀਤੇ, ਉਹ ਤੋਂ ਬਾਅਦ ਕੁੱਲ ਮਿਲਾ ਕੇ 11,40,000 ਰੁਪਏ ਮ੍ਰਿਤਕ ਦੇ ਖਾਤੇ 'ਚੋਂ ਆਪਣੇ ਖਾਤੇ ਦੇ ਵਿੱਚ ਜਿਹੜਾ ਪਹਿਲਾ ਦੋਸ਼ੀ ਹੈਗਾ ਉਹਨੇ ਸਾਹਿਲ ਨੇ ਟ੍ਰਾਂਸਫਰ ਕਰਾ ਲਏ। ਸੋ ਇਹ ਜਿਹੜੀ ਹੈਗੀ ਵਾਰਦਾਤ ਹੁਣ ਤੱਕ ਇਹਨਾਂ ਦੇ ਸਾਹਮਣੇ ਆਈ ਹੈ। ਇਸ ਦੇ ਵਿੱਚ ਜਿੱਥੇ ਜਿੱਥੇ ਰਿਪੋਰਟ ਕੀਤੀ ਗਈ, ਪਹਿਲੀ ਵਾਰਦਾਤ ਜਿਹੜੀ ਰਿਪੋਰਟ ਕੀਤੀ ਗਈ ਸੀਗੀ ਉਹ ਜ਼ੀਰਕਪੁਰ ਥਾਣੇ ਦੇ ਵਿੱਚ 433 ਨੰਬਰ ਮੁਕੱਦਮਾ ਸੀਗਾ, ਜਿਸ ਦੇ ਵਿੱਚ ਇਹ ਹਰਿਆਣੇ ਦੀ ਇੱਕ ਵਿਅਕਤੀ ਤੋਂ 22,000 ਰੁਪਏ ਦੀ ਇਹਨਾਂ ਨੇ ਖੋਹ ਕੀਤੀ ਸੀਗੀ। ਉਸ ਤੋਂ ਬਾਅਦ 1.5 ਮਹੀਨਾ ਪਹਿਲਾਂ ਇਹਨਾਂ ਨੇ ਜਿਹੜੀ ਫੋਰਚੂਨਰ ਗੱਡੀ ਦੇ ਨਾਲ ਕੀਤੀ ਸੀਗੀ ਵਾਰਦਾਤ, ਔਰ ਬਾਕੀ ਜਿਹੜੀ ਤੀਜੀ ਇਹ ਵਾਰਦਾਤ ਹੈਗੀ ਹੈ। ਸੋ ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਪੁੱਛਗਿੱਛ ਤੋਂ ਹੋਰ ਕੁਛ ਤੱਥ ਸਾਹਮਣੇ ਆਉਣਗੇ, ਕੋਈ ਹੋਰ ਸਾਥੀ ਜਿਹੜੇ ਸਾਹਮਣੇ ਆਉਣਗੇ ਉਹਦਾ ਖੁਲਾਸਾ ਕੀਤਾ ਜਾਏਗਾ।